ਪਾਵਨ ਅਤੇ ਪਵਿੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਵਿਰਾਜਮਾਨ ਸਾਰੀਆਂ ਸਤਿਕਾਰਯੋਗ ਪੰਥਕ ਜਥੇਬੰਦੀਆਂ, ਬਹੁਤ ਹੀ ਸਤਿਕਾਰਯੋਗ ਸਾਡੇ ਪੰਜੇ ਤਖਤਾਂ ਦੇ ਸਿੰਘ ਸਾਹਿਬਾਨ, ਸਾਰੇ ਦਮਦਮੀ ਟਕਸਾਲ ਜੀ ਦੇ ਮੁਖੀ ਸਾਹਿਬਾਨ, ਜਿਤਨੀਆਂ ਵੀ ਪੰਥ ਦੀਆਂ ਸੰਪਰਦਾਵਾਂ ਨੇ ਸਾਰੀਆਂ ਇੱਥੇ ਹਾਜ਼ਰ ਨੇ, ਮੈਂ ਸਾਰਿਆਂ ਨੂੰ ਜੀ ਆਇਆਂ ਕਹਿਣਾ, ਔਰ ਸਾਰੀ ਦੇਸ਼ ਵਿਦੇਸ਼ ਤੋਂ ਦੁਨੀਆ 'ਤੇ ਆਈ ਹੋਈ ਸਾਰੀ ਸਤਿਕਾਰਯੋਗ ਸੰਗਤ, ਅੱਜ ਜੋ ਆਪਾਂ ਗੁਰੂ ਸਾਹਿਬਾਨ ਦੀਆਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਔਰ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ, ਇਸ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ। ਅੱਜ ਦਾ ਦਿਹਾੜਾ ਸਿੱਖ ਕੌਮ ਵਾਸਤੇ, ਜਿੱਥੇ ਕਿਤੇ ਵੀ ਦੁਨੀਆ 'ਚ ਨਾਮ ਲੇਵਾ ਗੁਰੂ ਗ੍ਰੰਥ ਸਾਹਿਬ ਬੈਠਾ, ਉਸ ਵਾਸਤੇ ਬਹੁਤ ਮਹਾਨ ਹੈ। ਇਸ ਦਿਹਾੜੇ ਤੋਂ ਜਦੋਂ ਅਸੀਂ ਇਹ ਮਨਾਉਂਦੇ ਹਾਂ, ਸਾਡੇ ਗੁਰੂ ਸਾਹਿਬਾਨ ਦੀ ਕੀ ਸਿੱਖਿਆ ਹੈ, ਜੇ ਅਸੀਂ ਉਹ ਸਿੱਖਿਆ 'ਤੇ ਅਮਲ ਨਹੀਂ ਕਰਦੇ, ਫਿਰ ਇਹ ਦਿਹਾੜੇ 'ਤੇ ਆਇਆਂ ਦਾ ਸਾਡਾ ਕੋਈ ਫਾਇਦਾ ਨਹੀਂ ਬਹੁਤਾ। ਜਿਵੇਂ ਗੁਰਬਾਣੀ ਪੜ੍ਹ ਲੈਂਦੇ ਹੋ, ਨਾ ਉਹਦਾ ਅਰਥ ਸਮਝਦੇ ਹੋ, ਨਾ ਅਮਲ ਦੀ ਕੋਸ਼ਿਸ਼ ਕਰਦੇ ਹੋ, ਫਿਰ ਤਾਂ ਇਸ ਤਰ੍ਹਾਂ ਹੀ ਆ ਜਿਵੇਂ ਆਪਾਂ ਤੁਰੇ ਜਾਂਦੇ, ਗੱਲਾਂ ਕਰਦੇ ਜਾਂਦੇ ਹਾਂ, ਉਸ ਤਰ੍ਹਾਂ ਦੀਆਂ ਗੱਲਾਂ। ਲੇਕਿਨ ਜਦੋਂ ਵੀ ਗੁਰੂ ਨਾਲ ਜੁੜਦੇ ਹੋ, ਗੁਰਬਾਣੀ ਨਾਲ ਜੁੜਦੇ ਹੋ, ਉਹਦੇ 'ਚ ਮਨ ਲਾ ਕੇ ਜੁੜੋ, ਜੋ ਸਾਡੇ ਗੁਰੂਆਂ ਨੇ ਸਿਖਾਇਆ। ਤੁਹਾਡੇ ਸਾਹਮਣੇ 24ਵੀਂ ਪੀੜ੍ਹੀ 'ਚ ਇਹ ਪੰਜ ਪਿਆਰਿਆਂ ਦੇ ਪਰਿਵਾਰ ਨੇ, ਜੋ ਮੈਥੋਂ ਪਹਿਲਾਂ ਬੋਲ ਕੇ ਗਏ, 24ਵੀਂ ਪੀੜ੍ਹੀ ਭਾਈ ਦਿਆ ਸਿੰਘ ਦੀ ਅਤੇ ਭਾਈ ਧਰਮ ਸਿੰਘ ਦੀ। ਸੋਚੋ ਕਿ ਕੋਈ ਇਤਿਹਾਸ ਨੇ ਜਿਨ੍ਹਾਂ ਬਾਰੇ ਇਤਿਹਾਸ ਵੀ ਨਹੀਂ ਦੱਸ ਸਕਦਾ ਉਹਦੀ ਹਿਸਟਰੀ, ਲੇਕਿਨ ਸਾਡੀ ਹਿਸਟਰੀ, ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਅੱਜ ਸਾਡੇ ਪੰਜ ਪਿਆਰੇ ਇਸ ਤਰ੍ਹਾਂ ਨਜ਼ਰ ਆਉਂਦੇ ਜਿਵੇਂ ਸਾਡੇ ਗੁਰੂ ਸਾਹਿਬਾਨ ਦੇ ਸਾਹਮਣੇ ਖੜ੍ਹੇ ਹੈ। ਉਦੋਂ ਜਦੋਂ ਤੁਹਾਡੀ ਆਤਮਾ ਨਾਲ ਜੁੜਦੇ ਹੋ, ਫਿਰ ਤੁਹਾਡਾ ਮਨ ਸ਼ੁੱਧ ਹੁੰਦਾ ਹੈ। ਜਦੋਂ ਆਪਣਾ ਮਨ ਸ਼ੁੱਧ ਹੋ ਜਾਏਗਾ, ਫਿਰ ਇੱਕ ਦੂਸਰੇ ਪ੍ਰਤੀ ਜੋ ਸਾਡੇ ਗੁਰੂਆਂ ਨੇ ਸਿਖਾਇਆ, ਨਿਮਰਤਾ, ਪਿਆਰ, ਸਹਿਣ ਸ਼ਕਤੀ ਔਰ ਬੁਰਾਈਆਂ ਤੋਂ ਦੂਰ ਕਰਨਾ। ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ, ਉਸ ਬੂਟੇ ਨੂੰ ਪ੍ਰਫੁੱਲਿਤ ਕਰਨ ਵਾਸਤੇ ਸਮੇਂ ਸਮੇਂ ਗੁਰੂ ਅੰਗਦ ਦੇਵ ਜੀ ਨੇ, ਸ੍ਰੀ ਗੁਰੂ ਅਮਰਦਾਸ ਜੀ ਨੇ, ਸ੍ਰੀ ਗੁਰੂ ਰਾਮਦਾਸ ਜੀ ਨੇ, ਸਾਰੇ ਗੁਰੂ ਸਾਹਿਬਾਨ ਨੇ ਉਸ ਨੂੰ ਅੱਗੇ ਦੀ ਅੱਗੇ ਵਧਿਆ ਫੈਲਾਇਆ। ਅਜੇ ਇਸ ਦਰਬਾਰ ਦੇ ਵਿੱਚ ਅਕਬਰ ਨੰਗੇ ਪੈਰੀ ਚੱਲ ਕੇ ਲੰਗਰ ਚਾ ਕੇ ਲੰਗਰ ਛਕਿਆ ਅਤੇ ਗੁਰੂ ਨੂੰ ਪੁੱਛਿਆ ਕਿ ਦੱਸੋ ਮੈਂ ਲੰਗਰ ਨਾਲ ਜਾਇਦਾਦ ਲਵਾ ਦਿਆਂ, ਕਹਿੰਦੇ ਨਹੀਂ ਇਹ ਸੰਗਤ ਦਾ ਲੰਗਰ ਹੈ। ਲੇਕਿਨ ਮਾਮਲਾ ਮਾਫ਼ ਕਰ ਗਿਆ ਸੀ ਇਲਾਕੇ ਦਾ, ਪਰ ਲੰਗਰ 'ਚ ਗੁਰੂ ਜੀ ਨੇ ਹਿੱਸਾ ਨਹੀਂ ਪਾਇਆ, ਕਹਿੰਦੀ ਇਹ ਸੰਗਤ ਹੈ। ਉਸ ਨੂੰ ਫਿਰ ਜੋ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ, ਉਹਨੂੰ ਦ੍ਰਿੜ ਕੀਤਾ ਕਿ ਇੱਥੇ ਬਾਦਸ਼ਾਹ ਵੀ ਬੈਠ ਕੇ ਲੰਗਰ ਉਸ ਤਰ੍ਹਾਂ ਹੀ ਛਕੇਗਾ ਜਿਵੇਂ ਇੱਕ ਆਮ ਗਰੀਬ ਆਦਮੀ ਛਕੇਗਾ। ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਇਹ ਸਾਨੂੰ ਸਿਖਾ ਕੇ ਗਏ ਸਾਡੇ ਗੁਰੂ ਸਾਹਿਬਾਨ। ਅੱਜ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਹੰਕਾਰ 'ਚ ਆਉਂਦੇ ਹਾਂ, ਹੰਕਾਰ 'ਚ ਆ ਕੇ ਐਵੇਂ ਸਾਰਾ ਕੁਛ ਆਪਦਾ ਬਰਬਾਦ ਕਰਦੇ ਹਾਂ, ਦੂਜੇ ਦਾ ਕਰਦੇ ਹਾਂ। ਅੱਜ ਬੜੀ ਵੱਡੀ ਲੋੜ ਹੈ, ਬੜਾ ਵੱਡਾ ਸੰਕਟ ਹੈ, SGP 'ਤੇ ਵੀ ਇਸ ਤਰ੍ਹਾਂ ਦਾ ਹੋ ਰਿਹਾ ਹੈ ਔਰ ਅਕਾਲੀ ਦਲ 'ਤੇ ਵੀ ਹੋ ਰਿਹਾ ਹੈ। ਮੈਂ ਤੁਹਾਨੂੰ ਸਾਰੀ ਸੰਗਤ ਨੂੰ ਇਸ ਦਿਹਾੜੀ 'ਤੇ ਕਹਿਣਾ ਚਾਹੁੰਦਾ, ਆਓ ਗੁਰੂ ਨਾਲ ਜੁੜੀਏ। ਇਹ ਗੁਰੂ ਦੇ ਸੇਵਾਦਾਰ ਸੰਸਥਾਵਾਂ ਨੇ, ਕੰਮ ਕਰਦਿਆਂ ਤੋਂ ਕੋਈ ਇਨਸਾਨ ਨਹੀਂ ਜਿਹੜਾ ਭੁੱਲਣਹਾਰ ਨਹੀਂ। ਭੁੱਲਣਹਾਰ ਸਭ ਕੋ ਅਭੁੱਲ ਗੁਰੂ ਕਰਤਾਰ, ਇਕੱਲਾ ਪਰਮਾਤਮਾ ਹੈ, ਬਾਕੀ ਸਭ ਭੁੱਲਣਹਾਰ ਆ। ਔਰ ਨਿਮਰਤਾ ਜੋ ਸਾਨੂੰ ਗੁਰੂ ਨੇ ਸਿਖਾਈ ਹੈ, ਸੁਖੀ ਵਸੇ ਮਸਕੀਨੀਆਂ ਆਪ ਨਮਾਰ ਤਲੇ, ਬੜੇ ਬੜੇ ਹੰਕਾਰੀਆਂ ਨਾਨਕ ਗਰਭ ਗਲੇ। ਹੰਕਾਰ ਨਹੀਂ ਦੁਨੀਆਂ 'ਤੇ ਚੱਲਦਾ। ਅੱਜ ਦੱਸੋ ਰੰਗ ਜੇ ਉਹਦਾ ਹੰਕਾਰ ਸੀ ਰੱਬ ਨੂੰ ਮੰਨਦਾ? ਕੁਰਾਨ ਸ਼ਰੀਫ ਲਿਖ ਕੇ
ਉਸ ਦੇ ਪੈਸੇ ਨਾਲ ਰੋਟੀ ਖਾਂਦਾ ਸੀ, ਇਮਾਨਦਾਰ ਸੀ, ਇਹ ਉਹਦੀਆਂ ਸਿਫਤਾਂ ਵੀ ਨੇ, ਲੇਕਿਨ ਜ਼ੁਲਮ 'ਤੇ ਆ ਗਿਆ, ਕੱਟੜ 'ਤੇ ਆ ਗਿਆ। ਅੱਜ ਔਰੰਗਜ਼ੇਬ ਦੀ ਕਬਰ ਕਿਸੇ ਨੂੰ ਪਤਾ ਹੋ, ਕਿਸੇ ਨੂੰ ਪਤਾ ਨਹੀਂ ਕਿੱਥੇ ਹੈ, ਔਰੰਗਾਬਾਦ 'ਚ ਬਾਅਦ 'ਚ ਉਹਦੀ ਕਬਰ ਹੈ ਦੱਖਣ 'ਚ, ਲੇਕਿਨ ਨਾ ਦੀਵਾ, ਨਾ ਬੱਤੀ, ਨਾ ਕੋਈ ਸਾਂਭ ਸੰਭਾਲ, ਨਾ ਘਾਹ, ਨਾ ਫੂਸ, ਉਸ ਕਿਲ੍ਹੇ 'ਚ ਜਾ ਕੇ ਦੇਖੋ। ਲੇਕਿਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਪਰਿਵਾਰ ਵਾਰਿਆ, ਜਿਨ੍ਹਾਂ ਨੇ ਸਾਨੂੰ ਇਹ ਸਿਖਾਏ ਸਾਰੇ ਸਭ, ਅੱਜ ਉਹਨਾਂ ਦਾ ਜਿੱਥੋਂ ਵੀ ਘੋੜਾ ਵੀ ਲੰਘਿਆ ਸੀ, ਅਸੀਂ ਉੱਥੇ ਵੀ ਮੱਥੇ ਟੇਕਦੇ ਅਤੇ ਦੁੱਧ ਅਤੇ ਪੁੱਤ ਦੀਆਂ ਦੁਆਵਾਂ ਮੰਗਦੇ ਹਾਂ। ਕਿੱਡੀ ਵੱਡੀ ਗੱਲ ਹੈ। ਇਸ ਕਰਕੇ ਆਓ ਗੁਰੂ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਅਤੇ ਨਿਮਰਤਾ ਸਿੱਖੀਏ, ਇੱਕ ਦੂਜੇ ਨੂੰ ਪਿਆਰ ਕਰੀਏ, ਆਪਸ ਮੇਂ ਸਿੱਖ ਸਿੱਖ ਦਾ ਬੈਰੀ ਨਾ ਬਣੇ, ਅਸੀਂ ਦੇਖੀਏ ਕਿ ਅਸੀਂ ਕਿਸੇ ਨੂੰ ਇੱਕ ਦੂਜੇ ਨੂੰ ਵਿਰੁੱਧ ਨਾ ਬੋਲੀਏ। ਮੈਂ ਅੱਜ ਦੇ ਦਿਨ 'ਤੇ ਅਰਦਾਸ ਕਰਦਾ ਗੁਰੂ ਪਾਸ ਕਿ ਸਾਨੂੰ ਸ਼ਕਤੀ ਦਿਓ, ਅਸੀਂ ਨਿਮਰਤਾ ਸਹਿਣ ਸ਼ਕਤੀ ਸਿੱਖ ਸਕੀਏ, ਇੱਕ ਦੂਜੇ ਨੂੰ ਪਿਆਰ ਕਰਨ ਸਿੱਖ ਸਕੀਏ, ਤਾਂ ਕਿ ਕੌਮ ਜੋ ਗੁਰੂ ਸਾਨੂੰ ਇਹ ਬੂਟਾ ਕੌਮ ਦਾ ਲਾ ਕੇ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਗਏ, ਇਹ ਦੁਨੀਆ 'ਚ ਵਧੇ ਫੁੱਲੇ। ਅੱਜ ਉਹ ਗੁਰੂਆਂ ਦੀ ਕਿਰਪਾ ਹੈ, ਦੁਨੀਆ ਜਾ ਕੇ ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਕਨੇਡਾ, ਫਰਾਂਸ ਜਾਓ, ਗੁਰੂ ਗ੍ਰੰਥ ਸਾਹਿਬ ਦੇ ਪਾਠ ਉਹਨਾਂ ਦੇ ਜੋ ਮੇਨ ਸਥਾਨ ਨੇ ਉਹਨਾਂ 'ਚ ਹੁੰਦਾ ਹੈ, ਲੇਕਿਨ ਸਾਡੇ ਇੱਥੇ ਜੋ ਹੈ, ਮੈਂ ਉੱਧਰ ਜਾਣਾ ਨਹੀਂ, ਟਾਈਮ ਥੋੜ੍ਹਾ ਹੈ, ਇਸ ਕਰਕੇ ਜ਼ਿਆਦਾ ਸਮਾਂ ਨਹੀਂ ਲੈਣਾ। ਕੋਈ ਬੋਲਦੇ ਤੋਂ ਦਾਸ ਤੋਂ ਕੋਈ ਕਮੀ, ਕੋਈ ਗਲਤੀ ਰਹਿ ਗਈ ਹੋਏ ਸੰਗਤ ਤੋਂ ਮਾਫ਼ੀ ਮੰਗਦੇ ਹਾਂ, ਅਤੇ ਗੁਰੂ ਪਾਸ ਅਰਦਾਸ ਕਰਦੇ ਹਾਂ, ਕਿਰਪਾ ਕਰੋ, ਜਦੋਂ ਅਸੀਂ ਸ਼ਤਾਬਦੀਆਂ ਮੰਨਦੇ ਹਨ, ਸਾਨੂੰ ਇਹਨਾਂ 'ਤੇ ਅਮਲ ਕਰਨ ਦੀ ਸਿਕਸ਼ਾ ਦਿਓ, ਇਹਨਾਂ ਲਫਜ਼ਾਂ ਸਾਰੀ ਸੰਗਤ ਦਾ ਅਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ। ਔਰ ਧਾਮੀ ਸਾਹਿਬ ਜੋ ਬੜੀ ਵੱਡੀ ਸੇਵਾ ਕਰ ਰਹੇ ਆ SCPC ਦੀ, ਸਾਰੇ ਉਹਨਾਂ ਦੇ ਮੈਂਬਰ ਸਾਹਿਬਾਨ, ਸਾਰੀ ਇਸ ਇਲਾਕੇ ਦੀਆਂ ਜਿੰਨੀਆਂ ਜਥੇਬੰਦੀਆਂ, ਸਰਪੰਚ ਸਾਹਿਬਾਨ, ਸਾਰੇ ਜੁੜ ਕੇ ਤੁਸੀਂ ਇਹ ਦਿਨ ਮਨਾ 'ਤੇ ਬੜੀ ਮਿਹਨਤ ਕੀਤੀ ਹੈ, ਸਾਰੇ ਸਾਡੇ ਸੰਤਾਂ ਜੀਆਂ ਨੇ ਲੰਗਰ ਲਾਏ ਦੂਰ ਦੂਰ ਤੱਕ, ਅਤੇ ਸਭ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਰੇ ਗੁਰੂ ਨੂੰ ਫਤਿਹ ਬੁਲਾਉਂਦਾ ਹੋਇਆ, ਸੰਗਤ ਨੂੰ ਫਤਿਹ ਬੁਲਾ ਕੇ ਇਜਾਜ਼ਤ ਲੈਣਾ। ਵਾਹਿਗੁਰੂ ਜੀ ਕਾ ਖਾਲਸਾ।